ਅੱਜ ਅੰਮ੍ਰਿਤਸਰ ਵਿੱਚ ਹਿੰਦੂ ਸ਼ਿਵ ਸੈਨਾ ਰਾਸ਼ਟਰਵਾਦੀ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਅਤੇ ਬੱਬਰ ਖਾਲਸਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਤੇ ਪ੍ਰਧਾਨ ਚੇਤਨ ਕੱਕੜ ਦਾ ਕਹਿਣਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਬਾਈਕ ਤੇ ਬੱਬਰ ਖਾਲਸਾ ਦਾ ਸਟਿੱਕਰ ਲਗਾਇਆ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਵਰਗੇ ਗਾਇਕ ਬੱਬਰ ਖਾਲਸਾ ਨੂੰ ਸਪੋਰਟ ਕਰ ਰਹੇ ਹਨ। ਜੋ ਕਿ ਅੰਮ੍ਰਿਤਸਰ ਦੀ ਸਮੂਹ ਸਮੁੱਚੀ ਟੀਮ ਨੇ ਅੱਜ ਸਿੱਧੂ ਮੂਸੇਵਾਲਾ ਜੋ ਆਤੰਕਵਾਦੀ ਆਪਣੇ ਆਪ ਨੂੰ ਬੱਬਰ ਖਾਲਸਾ ਦਾ ਏਜੰਟ ਆਖਦਾ ਆ ਉਹਦਾ ਪੁਤਲਾ ਚਲਾਇਆ ਅਤੇ ਨਾਲ ਹੀ ਬੱਬਰ ਖਾਲਸਾ ਜੋ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇੱਥੇ ਹਿੰਦੂ ਸਿੱਖ ਭਾਈਚਾਰੇ ਨੂੰ ਵੱਖ ਵੱਖ ਕਰਕੇ ਖਾਲਿਸਤਾਨ ਦੀ ਮੰਗ ਉਠਾ ਰਹੇ ਨੇ। ਇਹਨਾਂ ਦੇ ਖਿਲਾਫ ਅੱਜ ਸੰਘਰਸ਼ ਕਰਦੇ ਹੋਏ ਸ਼ਿਵ ਸੈਨਾ ਹਿੰਦੂ ਰਾਸ਼ਟਰ ਟੀਮ ਨੇ ਅੱਜ ਸਿੱਧੂ ਮੂਸੇਵਾਲਾ ਪੰਜਾਬੀ ਸਿੰਗਰ ਜਿਸਨੇ ਬੀਤੇ ਦਿਨ ਹੀ ਸਟੇਜ ਦੇ ਉੱਤੇ ਲਾਈਵ ਆ ਕੇ ਕਿਹਾ ਕਿ 2009 ਤੋਂ ਮੇਰੇ ਜੋ ਕਿ ਬੁਲਟ ਦੇ ਉੱਤੇ ਬੱਬਰ ਖਾਲਸਾ ਦਾ ਸਟਿੱਕਰ ਲੱਗਾ ਹੋਇਆ ਹੈ ਅਤੇ ਆਪਣੇ ਆਪ ਨੂੰ ਬੱਬਰ ਖਾਲਸਾ ਦਾ ਏਜੰਟ ਦੱਸਿਆ ਅਤੇ ਇਹ ਜੋ ਕਿ ਆਉਣ ਵਾਲੇ ਨੌਜਵਾਨਾਂ ਦੇ ਨੂੰ ਫਿਊਚਰ ਦੇ ਵਿੱਚ ਆਪਣੇ ਫੈਨ ਨੂੰ ਬੱਬਰ ਖਾਲਸਾ ਦੇ ਨਾਲ ਜੋੜ ਰਿਹਾ ਉਤਸ਼ਾਹਿਤ ਕਰ ਰਿਹਾ ਬੱਬਰ ਖਾਲਸਾ ਦੇ ਨਾਲ ਜੋੜਨ ਲਈ। ਉਸ ਦੇ ਖਿਲਾਫ਼ ਅੱਜ ਸੰਘਰਸ਼ ਕਰਦੇ ਹੋਏ ਸਿੱਧੂ ਮੂਸੇਵਾਲਾ ਪੰਜਾਬੀ ਸਿੰਗਰ ਅਤੇ ਬੱਬਰ ਖਾਲਸਾ ਦਾ ਪੁਤਲਾ ਫੂਕਿਆ ਗਿਆ ਅਤੇ ਜੋ ਕਿ ਥੋੜ੍ਹੇ ਦਿਨ ਪਹਿਲੇ ਕਿ ਪੰਜਾਬ ਪੁਲਿਸ ਨੇ ਇੱਕ ਕਾਮਯਾਬੀ ਹਾਸਲ ਕੀਤੀ ਹੈ ਬੱਬਰ ਖਾਲਸਾ ਦੇ ਖਾਲਿਸਤਾਨੀ ਰੈਫਰੈਂਡਮ 2020 ਦਾ ਜੋ ਪ੍ਰਚਾਰ ਕਰਨ ਵਾਲੇ ਆਤੰਕਵਾਦੀਆਂ ਨੂੰ ਪਕੜਿਆ ਆ ਅਤੇ ਮੈਂ ਸਰਕਾਰ ਕੋਲ ਮੰਗ ਕਰਦਾ ਹਾਂ ਕਿ ਇਹਨਾਂ ਸਾਰੇ ਆਤੰਕਵਾਦੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਜੋ ਪੰਜਾਬ ਦਾ ਮਾਹੌਲ ਸ਼ਾਂਤੀਮਈ ਤਰੀਕੇ ਨਾਲ ਬਣਿਆ ਰਹੇ।